ਪੁਰ ਜਾਣ ਲੱਗੇ ਬੁਲਬਲ ਪਰੇਸ਼ਾਨ ਹੋ ਕੇ ਤੇ ਮੈਨੂੰ ਵਿਛੜੇ ਦਿਲਦਾਰਾਂ ਦੀ ਯਾਦ ਆ ਗਈ। ਇੱਕ ਸ਼ੇਰ ਜਿਸ ਤਰੀਕੇ ਨਾਲ ਭਰਾਵਾਂ ਚਾਹਤ ਕੀਤੀ ਕਾਫੀ ਪੁਰਾਣਾ ਇਹ ਸ਼ੇਰ ਆ ਸੁਦੋ ਸਭਰਾਵਾਂ ਜਿਹੜੇ ਸ਼ੇਰ ਸੁਗਣ ਸੁਣੀ ਉਹਨੇ ਸੁਣਿਆ ਸੀ ਆਵਾਜ਼ ਹੋਣੀ ਦਿਲ ਵੀ ਕਦਰਾਂ ਕੀ ਦਿੱਤਾ ਤਾਂ ਫਿਰ ਆਪਣੀ ਕਦਰਾਂ ਵੀ ਹੋਸ਼ ਨਹੀਂ ਰਿਹਾ।
ਯਾਰ ਨੇ ਤੋਬਾ ਕਰਾ ਛੋੜੀ ਲੰਮਾ ਹੋਈ ਆ ਸਰ ਲੇਕਿਨ ਪਿਆਰ ਤਾਂ ਮੈਂ ਤਾਂ ਨਹੀਂ ਆ ਨਾ ਸ਼ੇਰ ਤੋਂ ਸਮਰਣੀ ਨਜ਼ਰ ਕਰਸਾਂ ਉਸ ਤੋਂ ਬਾਅਦ ਇੱਕ ਸ਼ੇਰ ਦੀ ਚਾਹਤੀ ਕੋਸ਼ਿਸ਼ ਕਰਸਾਂ ਕਿ ਜ਼ਹਿਨ ਨਸ਼ੀਨ ਹੋਈਗਾ ਤਾਂ ਮੈਂ ਦੋਸਤਾਂ ਪਰਾਉਣੀ ਨਜ਼ਰ ਕਰਾਂ
इस बस्ती ने लोग सियाने हो गए जहर दौर केड़ा जा रहा जनाब तारक महमूद साहब इन्होंने पसंद नाल मैं शेर पेश कर सा आबद खान नजाकत खान मोहम्मद सबाद जी इन सारे भाइयों की मुत्फिका जी चाहत नाल शेर खलील आसम साहब इलाका मटौर नाल जिन्हां नाल तल्लुक आ उन्होंने लिखा है बेबाग महफला मेरे उस्ताद मोहतरम आफज मजहर साहब इस शेर अगे पेश किया इन्होंने पसंद नाल एक शेर आ भाई करनी थी बेवफाई तो पहले ही बता देते सारे भाई अपना पठवार साढ़े भाई तमूर बरसालवी साहब जेडे साउंड ऑपरेटर है इन्होंने भी पसंद नाल ये भी जरूरी आ करनी थी बेवफाई तो पहले ही बता देते दुनिया बड़ी असीम थी किसी और से दिल लगा लेते आखा मेरे महबूब भाई चंद सवाल करसा तेरे ते अगर नाराज भी हमें तो फिर भी सवाल करसा के दौरान जिंदगी तू सानल केड़े केड़े सलूक पैदा करना रहा है आवाज हुई आख्या ਗੱਲਾਂ ਰਾਤੀ ਤਾਰਿਆਂ ਨਾਲ ਤਨ ਮਨ ਜਲਾਇਆ ਦੱਸ ਮੈਂ ਜਾਂ ਤੂੰ ਕੌਣ ਰੁਸਿਆ ਹੋ ਦਿਨ ਕਸੂਰ ਨੇ ਸਦਾ ਕਿਸ ਮਨਾਇਆ ਦੱਸ ਮੈਂ ਜਾਂ ਤੂੰ ਕੌਣ ਦੀਦ ਤਾਲਮ ਕੌਣ ਪਰਦਿਆਂ ਵਿੱਚ ਹਾਏ ਮੁਖ ਕਿਸ ਲੁਕਾਇਆ ਦੱਸ ਮੈਂ ਜਾਂ ਤੂੰ ਮਹਿਬੂਬ ਇੱਕ ਦਿਨ ਬੜਾ ਅਜਬ ਤਰੀਨ ਵਕਤ ਸੀ ਕਿ ਮੈਂ ਤੇਰੇ ਦਰ ਤੱਕ ਗਿਆ ਤੇਰੇ ਦੀਦਾਰ ਖਾਤਰ ਲੇਕਿਨ ਉੱਥੇ ਤੁਸਾਂ ਨਾਲ ਕਿਹੜੇ ਕਿਹੜੇ ਸਲੂਕ ਪੈਦਾ ਕੀਤੇ ਆਖਿਆ ਕਿਸ ਦਾ ਸਾਰੀ ਐਸੀ ਕਿਸ ਦਾ ਦਰ ਐਸੀ ਠੋਕਰ ਮਾਰੀ ਅਟਾਇਆ ਦੱਸ ਮੈਂ ਜਾਂ ਤੂੰ ਆਏ ਗਲੀ ਗਲੀ ਰੁਲਾਇਆ ਦੱਸ ਮੈਂ ਜਾਂ ਤੂੰ
ਬਾਵਜੂਦ ਮੈਂ ਅੱਜ ਵੀ ਤੇਰਾ ਤਨ ਵਿਗਾੜਾਂ, ਲੇਕਿਨ ਤੂੰ ਅੱਜ ਵੀ ਸਾਡੇ ਨਾਲ ਕਿਹੜੇ ਕਿਹੜੇ ਸਲੂਕ ਪੈਦਾ ਕਰਨਾ ਤਾਂ ਹੱਥ ਆਵਾਜ਼ ਹੋਈ ਤਾਂ ਆਖਿਆ ਓਏ ਆਸ